بسم اللہ الرحمن الرحیم. السلام علیکم دوستو, میں ہوں زہیب حسن اور میرے ساتھ میرا کزن ارباز. دوستو آج کی ویڈیو میں آپ کو کچھ سیر کرائیں گے. دوستو چلو دوستو تھوڑا آگے بڑھتے ہیں. ਦੋਸਤੋ ਥੋੜ੍ਹਾ ਜਿਹਾ ਅੱਗੇ ਅਸੀਂ ਚੱਲ ਕੇ ਆਏ ਹਾਂ ਤਾਂ ਇੱਕ ਤਲਾਬ ਹੈ ਗਿਆ ਇੱਧਰ ਦੋਸਤੋ. ਇਹਨਾਂ ਗਾਉਂ ਦੇ ਵਿੱਚ ਲੋਕ ਇਹਨਾਂ 'ਚ ਮੱਝਾਂ ਨੂੰ ਲਾਉਂਦੇ ਹਨ, ਵੇਖ ਸਕਦੇ ਦੋਸਤੋ ਤੁਸੀਂ. ਇੱਧਰ ਇੱਕ ਮਸ਼ੀਨ ਖੜ੍ਹੀ ਹੈਗੀ, ਵੇਖ ਸਕਦੇ ਹੋ ਮਸ਼ੀਨ. ਇਹ ਦੋਸਤੋ ਮਸ਼ੀਨ ਹੈਗੀ, ਗੰਦਮ ਦੀ ਵੀ ਕਟਾਈ ਕਰਦੀ ਹੈ ਅਤੇ ਮੁੰਜੀ ਦੀ ਵੀ. ਵੇਖਿਓ ਦੋਸਤੋ ਇੱਧਰ ਇੱਕ ਅਸੀਂ ਆ ਗਏ, ਟਾਰੀ ਹੈਗੀ ਅਤੇ ਇਹ ਉਹਨਾਂ ਦਾ ਟੈਂਕੀ ਫੁੱਲ ਹੋ ਗਈ ਅਤੇ ਪਾਣੀ ਥੱਲੇ ਗਿਰਨ ਲੱਗਾ ਹੈਗਾ, ਗਿਰਨ ਡਿਆ ਹੈਗਾ. ਦੋਸਤੋ ਇਹਨੂੰ ਕਹਿੰਦੇ ਆ ਮੁੰਜੀ ਵੱਢਣ ਵਾਲੀ ਮਸ਼ੀਨ. ਇਹ ਵੇਖਿਓ ਤੁਸੀਂ ਦੋਸਤੋ, ਪਰ ਇਹ ਆਪ ਖੁਦ ਵੱਢੀ ਪਈ ਆ. ਹਾਂ ਖੁਦ ਵੇਖੋ ਵੱਢੀ ਹੈ, ਕਿਸੇ ਨੇ ਮੋਟਰਸਾਈਕਲ ਮਾਰਿਆ ਟੇੜੀ ਹੋ ਗਈ ਹੈ. ਇਹ ਜਰਮਨ ਸ਼ੈਫਰਟ ਹੈ, ਕੁੱਤਾ ਡੌਗੀ. ਇਹ ਕਿਧਰ ਜੇ ਵੀ ਹੈ, ਇਹ ਵੀ ਜਰਮਨ ਸ਼ੈਫਰਟ ਜਾਨਵਰ. ਤੋ ਵੀ ਥੋੜ੍ਹਾ ਸਾ ਸਫ਼ਰ ਰਹਿ ਗਿਆ ਹੈ, ਆਗੇ ਜਾਏਂਗੇ ਵਹਾਂ ਪੈਂਚਰ ਲਗਵਾਏਂਗੇ. ਦੋਸਤੋ ਤੁਸੀਂ ਅੱਜ ਜ਼ਰੂਰ ਸਾਨੂੰ ਦੱਸਣਾ ਹੈ ਕਿ ਅਸੀਂ ਉਰਦੂ ਅਸੀਂ ਬੋਲ ਕੇ ਦੱਸਿਆ ਕਰੀਏ ਜਾਂ ਅਸੀਂ ਪੰਜਾਬੀ 'ਚ ਗੱਲ ਕਰਿਆ ਕਰੀਏ, ਕਿ ਉਰਦੂ ਮੇਂ ਬਾਤ ਕਰੇ ਜਾਂ ਪੰਜਾਬੀ ਹੈ. ਮਤਲਬ ਤੁਸੀਂ ਦੱਸਣਾ ਹੈ ਕਿ ਅਸੀਂ ਉਰਦੂ 'ਚ ਗੱਲ ਕਰਕੇ ਸਾਨੂੰ ਦੱਸਿਆ ਕਰੀਏ ਵੀਡੀਓ ਜਾਂ ਪੰਜਾਬੀ 'ਚ. ਅਭੀ ਜੈਸੇ ਜੈਸੇ ਹਮ ਇਨਕੀ ਵੀਡੀਓ ਬਣਾ ਰਹੇ ਹੈਂ ਔਰ ਯੇ ਆਗੇ ਕੀ ਤਰਫ ਜਾ ਰਹੇ ਹੈਂ, ਯੇ ਵੀ ਅੰਦਰ ਚਲੇ ਜਾਏਂਗੇ ਅਪਨੀ ਹਵੇਲੀ ਮੇਂ. ਪਾਣੀ ਪੀਣੇ ਲਗੇ ਹੈਂ. ਤੁਸੀਂ ਵੇਖਿਓ ਅੰਦਰ ਹਵੇਲੀ ਵੱਲ ਜਾਣਗੇ, ਅੰਦਰ ਮਸ਼ੀਨਾਂ ਵਗੈਰਾ ਪਈਆਂ ਹੈਗੀਆਂ. ਚਲੋ ਦੋਸਤੋ ਸਾਡੀ ਵੀਡੀਓ ਪਸੰਦ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ, ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਚੈਨਲ ਸਬਸਕ੍ਰਾਈਬ ਕਰਿਓ. ਦੋਸਤੋ ਆਪਣਾ ਖਿਆਲ ਰੱਖਿਓ. ਅੱਲਾ ਹਾਫਿਜ਼.